ਸਿਟੀ ਵਿੱਚ ਸ਼ਰੇਆਮ ਤੇਂਦੂਆ ਘੁੰਮਦਾ ਨਜ਼ਰ ਆ ਰਿਹਾ ਤੇ ਇਹ ਤੇਂਦੂਆ ਲਗਾਤਾਰ ਪਾਲਤੂ ਜਾਨਵਰਾਂ ਨੂੰ ਆਪਣਾ ਸ਼ਿਕਾਰ ਬਣਾ ਰਿਹਾ, ਜਿਸ ਕਾਰਨ ਪਿੰਡ ਵਾਸੀਆਂ ਚ ਵੀ ਡਰ ਦਾ ਖੌਫ ਵੇਖਣ ਨੂੰ ਮਿਲ ਰਿਹਾ। ਰਾਤ ਵੇਲੇ ਘੁੰਮਦੇ ਇਸ ਤੇਂਦੂਏ ਦੀਆਂ ਤਸਵੀਰਾਂ ਸੀਸੀਟੀਵੀ ਵਿੱਚ ਕੈਦ ਹੋਈਆਂ ਨੇ, ਜਿਸਨੇ ਇੱਕ ਜਾਨਵਰ ਨੂੰ ਆਪਣਾ ਸ਼ਿਕਾਰ ਬਣਾ ਹੋਇਆ। ਲੋਕਾਂ ਨੇ ਪ੍ਰਸ਼ਾਸਨ ਨੂੰ ਮੰਗ ਕੀਤੀ ਹੈ ਕਿ ਇਸ ਤੇਂਦੂਏ ਨੂੰ ਜਲਦੀ ਤੋਂ ਜਲਦੀ ਫੜ ਕੇ ਜੰਗਲਾਂ ਦੇ ਵਿੱਚ ਛੱਡਿਆ ਜਾਵੇ, ਤਾਂ ਜੋ ਇਹ ਕਿਸੇ ਹੋਰ ਜਾਨਵਰ ਤੇ ਵਿਅਕਤੀ ਨੂੰ ਆਪਣਾ ਸ਼ਿਕਾਰ ਨਾ ਬਣਾ ਸਕੇ। ਤੇਂਦੂਆ ਰੋਜ਼ ਰਾਤ ਘਰਾਂ ਦੇ ਬਾਹਰ ਘੁੰਮਦਾ ਤੇ ਲੋਕਾਂ ਦੇ ਘਰਾਂ ਚ ਵੀ ਵੜਨ ਦੀ ਕੋਸ਼ਿਸ਼ ਕਰਦਾ, ਜਿਸ ਕਾਰਨ ਲੋਕਾਂ ਦਾ ਘਰਾਂ ਤੋਂ ਨਿਕਲਣਾ ਵੀ ਔਖਾ ਹੋਇਆ ਪਿਆ। ਇਹ ਤੇਂਦੂਆ ਜ਼ਿਲ੍ਹਾ ਕਿਨੌਰ ਦੇ ਪਿੰਡ ਮਰੂੰਗ ਚ ਦੇਖਿਆ ਗਿਆ। ਸੀਸੀਟੀਵੀ ਵਿੱਚ ਸ਼ਰੇਆਮ ਤੇਂਦੂਆ ਘੁੰਮਦਾ ਨਜ਼ਰ ਆ ਰਿਹਾ ਤੇ ਇਹ ਤੇਂਦੂਆ ਲਗਾਤਾਰ ਪਾਲਤੂ ਜਾਨਵਰਾਂ ਨੂੰ ਆਪਣਾ ਸ਼ਿਕਾਰ ਬਣਾ ਰਿਹਾ, ਜਿਸ ਕਾਰਨ ਪਿੰਡ ਵਾਸੀਆਂ ਚ ਵੀ ਡਰ ਦਾ ਖੌਫ ਵੇਖਣ ਨੂੰ ਮਿਲ ਰਿਹਾ। ਰਾਤ ਵੇਲੇ ਘੁੰਮਦੇ ਇਸ ਤੇਂਦੂਏ ਦੀਆਂ ਤਸਵੀਰਾਂ ਸੀਸੀਟੀਵੀ ਵਿੱਚ ਕੈਦ ਹੋਈਆਂ ਨੇ, ਜਿਸਨੇ ਇੱਕ ਜਾਨਵਰ ਨੂੰ ਆਪਣਾ ਸ਼ਿਕਾਰ ਬਣਾ ਹੋਇਆ। ਲੋਕਾਂ ਨੇ ਪ੍ਰਸ਼ਾਸਨ ਨੂੰ ਮੰਗ ਕੀਤੀ ਹੈ ਕਿ ਇਸ ਤੇਂਦੂਏ ਨੂੰ ਜਲਦੀ ਤੋਂ ਜਲਦੀ ਫੜ ਕੇ ਜੰਗਲਾਂ ਦੇ ਵਿੱਚ ਛੱਡਿਆ ਜਾਵੇ, ਤਾਂ ਜੋ ਇਹ ਕਿਸੇ ਹੋਰ ਜਾਨਵਰ ਤੇ ਵਿਅਕਤੀ ਨੂੰ ਆਪਣਾ ਸ਼ਿਕਾਰ ਨਾ ਬਣਾ ਸਕੇ। ਤੇਂਦੂਆ ਰੋਜ਼ ਰਾਤ ਘਰਾਂ ਦੇ ਬਾਹਰ ਘੁੰਮਦਾ ਤੇ ਲੋਕਾਂ ਦੇ ਘਰਾਂ ਚ ਵੀ ਵੜਨ ਦੀ ਕੋਸ਼ਿਸ਼ ਕਰਦਾ, ਜਿਸ ਕਾਰਨ ਲੋਕਾਂ ਦਾ ਘਰਾਂ ਤੋਂ ਨਿਕਲਣਾ ਵੀ ਔਖਾ ਹੋਇਆ ਪਿਆ। ਇਹ ਤੇਂਦੂਆ ਜ਼ਿਲ੍ਹਾ ਕਿਨੌਰ ਦੇ ਪਿੰਡ ਮਰੂੰਗ ਚ ਦੇਖਿਆ ਗਿਆ। ਸੀਸੀਟੀਵੀ ਵਿੱਚ ਸ਼ਰੇਆਮ ਤੇਂਦੂਆ ਘੁੰਮਦਾ ਨਜ਼ਰ ਆ ਰਿਹਾ ਤੇ ਇਹ ਤੇਂਦੂਆ ਲਗਾਤਾਰ ਪਾਲਤੂ ਜਾਨਵਰਾਂ ਨੂੰ ਆਪਣਾ ਸ਼ਿਕਾਰ ਬਣਾ ਰਿਹਾ, ਜਿਸ ਕਾਰਨ ਪਿੰਡ ਵਾਸੀਆਂ ਚ ਵੀ ਡਰ ਦਾ ਖੌਫ ਵੇਖਣ ਨੂੰ ਮਿਲ ਰਿਹਾ। ਰਾਤ ਵੇਲੇ ਘੁੰਮਦੇ ਇਸ ਤੇਂਦੂਏ ਦੀਆਂ ਤਸਵੀਰਾਂ ਸੀਸੀਟੀਵੀ ਵਿੱਚ ਕੈਦ ਹੋਈਆਂ ਨੇ, ਜਿਸਨੇ ਇੱਕ ਜਾਨਵਰ ਨੂੰ ਆਪਣਾ ਸ਼ਿਕਾਰ ਬਣਾ ਹੋਇਆ। ਲੋਕਾਂ ਨੇ ਪ੍ਰਸ਼ਾਸਨ ਨੂੰ ਮੰਗ ਕੀਤੀ ਹੈ ਕਿ ਇਸ ਤੇਂਦੂਏ ਨੂੰ ਜਲਦੀ ਤੋਂ ਜਲਦੀ ਫੜ ਕੇ ਜੰਗਲਾਂ ਦੇ ਵਿੱਚ ਛੱਡਿਆ ਜਾਵੇ, ਤਾਂ ਜੋ ਇਹ ਕਿਸੇ ਹੋਰ ਜਾਨਵਰ ਤੇ ਵਿਅਕਤੀ ਨੂੰ ਆਪਣਾ ਸ਼ਿਕਾਰ ਨਾ ਬਣਾ ਸਕੇ। ਤੇਂਦੂਆ ਰੋਜ਼ ਰਾਤ ਘਰਾਂ ਦੇ ਬਾਹਰ ਘੁੰਮਦਾ ਤੇ ਲੋਕਾਂ ਦੇ ਘਰਾਂ ਚ ਵੀ ਵੜਨ ਦੀ ਕੋਸ਼ਿਸ਼ ਕਰਦਾ, ਜਿਸ ਕਾਰਨ ਲੋਕਾਂ ਦਾ ਘਰਾਂ ਤੋਂ ਨਿਕਲਣਾ ਵੀ ਔਖਾ ਹੋਇਆ ਪਿਆ। ਇਹ ਤੇਂਦੂਆ ਜ਼ਿਲ੍ਹਾ ਕਿਨੌਰ ਦੇ ਪਿੰਡ ਮਰੂੰਗ ਚ ਦੇਖਿਆ ਗਿਆ। ਸੀਸੀਟੀਵੀ ਵਿੱਚ ਸ਼ਰੇਆਮ ਤੇਂਦੂਆ ਘੁੰਮਦਾ ਨਜ਼ਰ ਆ ਰਿਹਾ ਤੇ ਇਹ ਤੇਂਦੂਆ ਲਗਾਤਾਰ ਪਾਲਤੂ ਜਾਨਵਰਾਂ ਨੂੰ ਆਪਣਾ ਸ਼ਿਕਾਰ ਬਣਾ ਰਿਹਾ, ਜਿਸ ਕਾਰਨ ਪਿੰਡ ਵਾਸੀਆਂ ਚ ਵੀ ਡਰ ਦਾ ਖੌਫ ਵੇਖਣ ਨੂੰ ਮਿਲ ਰਿਹਾ। ਰਾਤ ਵੇਲੇ ਘੁੰਮਦੇ ਇਸ ਤੇਂਦੂਏ ਦੀਆਂ ਤਸਵੀਰਾਂ ਸੀਸੀਟੀਵੀ ਵਿੱਚ ਕੈਦ ਹੋਈਆਂ ਨੇ, ਜਿਸਨੇ ਇੱਕ ਜਾਨਵਰ ਨੂੰ ਆਪਣਾ ਸ਼ਿਕਾਰ ਬਣਾ ਹੋਇਆ। ਲੋਕਾਂ ਨੇ ਪ੍ਰਸ਼ਾਸਨ ਨੂੰ ਮੰਗ ਕੀਤੀ ਹੈ ਕਿ ਇਸ ਤੇਂਦੂਏ ਨੂੰ ਜਲਦੀ ਤੋਂ ਜਲਦੀ ਫੜ ਕੇ ਜੰਗਲਾਂ ਦੇ ਵਿੱਚ ਛੱਡਿਆ ਜਾਵੇ, ਤਾਂ ਜੋ ਇਹ ਕਿਸੇ ਹੋਰ ਜਾਨਵਰ ਤੇ ਵਿਅਕਤੀ ਨੂੰ ਆਪਣਾ ਸ਼ਿਕਾਰ ਨਾ ਬਣਾ ਸਕੇ। ਤੇਂਦੂਆ ਰੋਜ਼ ਰਾਤ ਘਰਾਂ ਦੇ ਬਾਹਰ ਘੁੰਮਦਾ ਤੇ ਲੋਕਾਂ ਦੇ ਘਰਾਂ ਚ ਵੀ ਵੜਨ ਦੀ ਕੋਸ਼ਿਸ਼ ਕਰਦਾ, ਜਿਸ ਕਾਰਨ ਲੋਕਾਂ ਦਾ ਘਰਾਂ ਤੋਂ ਨਿਕਲਣਾ ਵੀ ਔਖਾ ਹੋਇਆ ਪਿਆ। ਇਹ ਤੇਂਦੂਆ ਜ਼ਿਲ੍ਹਾ ਕਿਨੌਰ ਦੇ ਪਿੰਡ ਮਰੂੰਗ ਚ ਦੇਖਿਆ ਗਿਆ।